हमेशा चंगे चंगे बिजनेसमैन भी जिन्हां दे इत्थे चंगे सैट सी उह भी जा रहे ने जां जाण दी तमन्ना रखदे ने, की कारण समझदे हो तुसीं? इहदी कारण तां ज़्यादातर वैसे जिदा इंग्लिस कई लोग ना कई फैमिलियां कह लो इंग्लिस पसंद कर दियां इंडिया अपने बच्चे तीन मतलब इंग्लिस दे विच इटालियन पहला सिख हां जी हां जी ओ आपां नूं थोड़ी ए भी हुंदा यार भी बच्चे साडे नूं अगला कहिंदे बाहर रहिंदे नूं इंग्लिश नहीं आउंदी। इटली दे विच इक जणा कमाउंदा ਤਾਂ ਸਾਰੇ ਜੀ ਖਾ ਲੈਂਦੇ ਨੇ ਬਿਲਕੁਲ। ਫਿਰ ਇਹ ਚੀਜ਼ਾਂ ਦਾ ਇੰਗਲੈਂਡ ਦੀ ਧਰਤੀ ਦੇ ਉੱਤੇ ਤੁਹਾਡਾ ਕਿਸ ਤਰ੍ਹਾਂ ਲੱਗਦਾ? ਹਾਂ ਇਹ ਗੱਲ ਅਸੀਂ ਉੱਥੇ ਵੀ ਕਰਦੇ ਹੁੰਦੇ ਹਾਂ ਜੀ, ਕਿਉਂਕਿ ਇੱਥੇ ਇੱਕ ਬੰਦਾ ਕਮਾਉਂਦਾ ਅਤੇ ਸਾਰਾ ਪਰਿਵਾਰ ਖਾਂਦਾ। ਕਿੰਨੀ ਕੁ ਬੱਚਤ ਤੁਸੀਂ ਲੱਗਦੇ ਵੀ ਮਹੀਨੇ ਦੇ ਵਿੱਚ ਫਰਕ ਪੈ ਜਾਂਦਾ ਇਟਲੀ ਦਾ ਕੁਛ ਤਾਂ ਉਹ ਨੋਰਮਲ ਜਿਹੜੀ ਆਮ ਆਪਾਂ ਡੇਢਾ ਡਬਲ ਹੋ ਜਾਂਦਾ ਜੀ ਡੇਢਾ ਡਬਲ ਤੋਂ ਲੈ ਕੇ ਡਬਲ ਤੱਕ ਆ ਗਿਆ। ਇੱਥੇ ਵਰਗੀ ਐਸ ਨਹੀਂ ਹੈਗੀ ਜਿੱਦਾਂ ਇਟਲੀ 'ਚ ਨਜ਼ਾਰੇ ਲੈਂਦੇ ਸੀਗੇ ਖੁੱਲ੍ਹੀ ਜਗ੍ਹਾ ਸੀ ਬਾਹਰ ਰਹਿੰਦੇ ਸੀਗੇ ਹੈ ਨਾ ਗੱਡੀ ਰੱਖੀ ਸੀ ਅਤੇ ਇੱਦਾਂ ਉੱਥੇ ਫਿਰ ਜੇ ਤਾਂ ਬੰਦਾ ਸਾਲ ਕਲਾ ਲੈਂਦਾ ਫਿਰ ਤਾਂ ਡਿੱਗ ਜਾਂਦਾ ਜਿਹਨੇ ਭੱਜਣਾ ਹੁੰਦਾ ਸਾਲ ਤੋਂ ਪਹਿਲਾਂ ਉਹ ਫਿਰ ਭੱਜ ਆਉਂਦਾ। ਪਰ ਅੱਜ ਅਸੀਂ ਇਟਲੀ ਦੇ ਸ਼ਹਿਰ ਬੈਰਗਾਮੋ ਦੇ ਵਿਖੇ ਬੈਠੇ ਹਾਂ। ਅੱਜ ਦਾ ਜਿਹੜਾ ਮੁੱਖ ਮੁੱਦਾ ਆ ਜਿਹੜੇ ਸਾਡੇ ਪੰਜਾਬੀ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਵਸੇ ਨੇ ਮਿਹਨਤ ਦੇ ਜ਼ਰੀਏ ਚੰਗਾ ਨਾਮਣਾ ਖੱਟਿਆ ਇਹਨਾਂ ਨੇ। ਇਟਲੀ ਦੀ ਧਰਤੀ 'ਤੇ ਵੀ ਬਹੁਤ ਸਾਰੇ ਪੰਜਾਬੀ ਆ ਕੇ ਵਸੇ ਨੇ ਪਰ ਬਹੁਤ ਸਾਰੇ ਪੰਜਾਬੀ ਇੱਥੋਂ ਦੇ ਪੇਪਰ ਲੈ ਕੇ ਜਾਂ ਇੱਥੋਂ ਦੀ ਸਿਟੀਜ਼ਨਸ਼ਿਪ ਲੈਣ ਤੋਂ ਬਾਅਦ ਹੋਰਨਾਂ ਮੁਲਕਾਂ ਨੂੰ ਵੀ ਤਰਜੀਹ ਦੇ ਰਹੇ ਨੇ। ਇਸ ਮੁੱਦੇ 'ਤੇ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਪ੍ਰਸਿੱਧ ਪੱਤਰਕਾਰ ਇਟਲੀ ਦੇ ਅਤੇ ਲੇਖਕ ਵੀ ਨੇ ਗੀਤਕਾਰ ਨੇ ਪਰ ਹੁਣ ਜਾ ਕੇ ਇੰਗਲੈਂਡ ਦੀ ਧਰਤੀ 'ਤੇ ਵੱਸ ਗਏ ਨੇ। ਮੌਜੂਦ ਨੇ ਸਾਡੇ ਨਾਲ ਰਣਜੀਤ ਸਿੰਘ ਗਰੇਵਾਲ, ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਦੇ ਇਸ ਵਿਸ਼ੇ 'ਤੇ। ਰਣਜੀਤ ਗਰੇਵਾਲ ਜੀ ਸਵਾਗਤ ਆ ਤੁਹਾਡਾ ਚੈਨਲ 'ਤੇ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ। ਕਿੰਨੇ ਕੁ ਸਮੇਂ ਤੋਂ ਤੁਸੀਂ ਇੰਗਲੈਂਡ ਦੀ ਧਰਤੀ 'ਤੇ ਜਾ ਰਹੇ ਸੀ? ਪਹਿਲਾਂ ਇਟਲੀ, ਕਿੰਨੇ ਕੁ ਸਮੇਂ ਤੋਂ ਤੁਸੀਂ ਰਹਿ ਰਹੇ ਸੀ ਅਤੇ ਹੁਣ ਇੰਗਲੈਂਡ ਦੀ ਧਰਤੀ 'ਤੇ ਕਦੋਂ ਗਏ? ਮੈਂ ਜੀ ਇਟਲੀ ਰਿਹਾ 95 'ਚ ਆਇਆ ਸੀ ਇੱਥੇ। ਅੱਛਾ ਜੀ। ਪੇਪਰ ਬਣੇ ਸੀਗੇ 98 ਦੇ ਵਿੱਚ। ਅੱਛਾ ਜੀ। ਉਦੋਂ ਪਹਿਲਾਂ ਹੋਲੈਂਡ ਰਹੇ 4-5 ਦਿਨ। ਅੱਛਾ ਜੀ। ਇੱਥੇ ਆ ਗਏ ਸੀ, ਇੱਥੇ ਹੁਣ 2 ਸਾਲਾਂ ਤੋਂ ਇੱਥੋਂ ਬੱਚਿਆਂ ਕਰਕੇ ਬੱਚੇ ਵੱਡੇ ਹੋ ਗਏ ਸੀ। ਅੱਛਾ ਜੀ। ਅਤੇ ਜਾਣ ਦਾ ਕਾਰਨ ਇੱਦਾਂ ਬਣਿਆ ਵੀ ਮੈਂ ਤਾਂ ਹਜੇ ਪਹਿਲਾਂ ਜਾਣਾ ਨਹੀਂ ਸੀ ਚਾਹੁੰਦਾ। ਅੱਛਾ ਜੀ। ਅਤੇ ਉਹ ਇੱਦਾਂ ਨਾ ਬੱਚੇ, ਮੇਰੀ ਬੇਟੀ ਸਕੂਲ ਪੜ੍ਹਦੀ ਵਧੀਆ ਪੜ੍ਹਾਈ ਦੇ ਵਿੱਚ। ਹਾਂਜੀ। ਉਹਨੇ ਮੈਨੂੰ ਕਿਹਾ ਵੀ ਸਾਡੀ ਟੀਚਰ ਨੇ ਕਿਹਾ ਅਤੇ ਇੱਥੇ ਜੇ ਪੜ੍ਹਾਈ ਤੁਸੀਂ ਕਰੋਗੇ ਨਾ ਤੁਹਾਨੂੰ ਇੱਥੇ ਉੱਦਾਂ ਦੀ ਜੋਬ ਨਹੀਂ ਮਿਲਣੀ। ਅੱਛਾ ਜੀ। ਉਹ ਬੱਚਿਆਂ ਨੂੰ ਫਿਰ ਸੁਣ ਕੇ, ਚਲੋ ਮੈਂ ਸੋਚਿਆ ਯਾਰ ਉੱਥੇ ਵੀ ਗੱਲਬਾਤ ਕੀਤੀ ਕਾਫੀ ਆਪਣੇ ਇਟਲੀ ਤੋਂ ਸ਼ਿਫਟ ਹੋਏ ਨੇਗੇ। ਹਾਂਜੀ। ਅਤੇ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਨੇ ਕਿਹਾ ਵੀ ਹਾਂ ਤੁਸੀਂ ਆਜੋ, ਵੈਲਕਮ ਤੁਹਾਡਾ। ਠੀਕ ਹੈ ਜੀ। ਅਤੇ ਮੈਂ ਬੱਚਿਆਂ ਨੂੰ ਭੇਜ ਦਿੱਤਾ ਸੀ ਪਹਿਲਾਂ 2-3 ਮਹੀਨੇ ਪਹਿਲਾਂ ਉਹਨਾਂ ਨੂੰ ਭੇਜਿਆ ਵੀ ਦੇਖੋ ਤੁਹਾਡਾ, ਕਿਉਂ ਕਾਫੀ ਲੋਕ ਉੱਥੋਂ ਇੰਡੀਆ ਤੋਂ ਨਾ ਇੰਗਲੈਂਡ ਜਾ ਕੇ, ਜ਼ਿਆਦਾ ਤਾਂ ਨਹੀਂ ਕਈ ਮਤਲਬ ਕਹਿ ਲਓ 5% ਲੋਕ ਵਾਪਸ ਆ ਜਾਂਦੇ ਹੈਗੇ। ਅੱਛਾ ਜੀ। ਮੈਨੂੰ ਵੀ ਇਹ ਡਰ ਸੀ ਵੀ ਕਿਤੇ ਇਹ ਨਾ ਹੋਵੇ ਕਿ ਬੱਚੇ ਜਿਹੜੇ ਆ ਉੱਥੇ ਜਾ ਕੇ ਜੀ ਨਾ ਲਾਉਣ ਅਤੇ ਮੈਂ ਇੱਧਰੋਂ ਘਰ ਵੀ ਛੱਡ ਜਾਂ, ਗੱਡੀ ਵੀ ਵੇਚ ਜਾਂ, ਸਾਰਾ ਕੁਛ ਆਪਣਾ ਜਗਾੜ ਪੱਟ ਕੇ ਉੱਥੇ ਫਿਰ ਇੱਧਰ ਨੂੰ ਆਉਂਦੇ ਫਿਰੀਏ। ਮੈਂ ਬੱਚਿਆਂ ਨੂੰ ਭੇਜ ਦਿੱਤਾ ਸੀ ਅਤੇ ਉੱਥੇ ਬੱਚੇ ਕਹਿੰਦੇ ਸਾਨੂੰ ਵਧੀਆ ਜੀ ਲੱਗਿਆ, ਪੜ੍ਹਦੇ ਆ ਵਧੀਆ। ਕੀ ਕਾਰਨ ਸਮਝੋ ਗਰੇਵਾਲ ਸਾਹਿਬ, ਜਿਹੜੇ ਇਟਲੀ ਵੱਸਦਾ ਪੰਜਾਬੀ ਭਾਈਚਾਰਾ ਜਾਂ ਭਾਰਤੀ ਭਾਈਚਾਰਾ ਵਾ ਵੀ ਉਹ ਹੋਰਨਾਂ ਦੇਸ਼ਾਂ ਵੱਲ ਕਿਉਂ, ਉਹਨਾਂ ਦਾ ਹਮੇਸ਼ਾ ਚੰਗੇ ਚੰਗੇ ਬਿਜ਼ਨਸਮੈਨ ਵੀ ਜਿਨ੍ਹਾਂ ਦੇ ਇੱਥੇ ਚੰਗੇ ਸੈੱਟ ਸੀ ਉਹ ਵੀ ਜਾ ਰਹੇ ਨੇ ਜਾਂ ਜਾਣ ਦੀ ਤਮੰਨਾ ਰੱਖਦੇ ਨੇ, ਕੀ ਕਾਰਨ ਸਮਝਦੇ ਤੁਸੀਂ? ਇਹਦੀ ਕਾਰਨ ਤਾਂ ਜ਼ਿਆਦਾਤਰ ਵੈਸੇ ਜਿੱਦਾਂ ਇੰਗਲਿਸ਼ ਕਈ ਲੋਕ ਨਾ ਕਈ ਫੈਮਿਲੀਆਂ ਕਹਿ ਲਓ ਇੰਗਲਿਸ਼ ਪਸੰਦ ਕਰਦੀਆਂ, ਕੁਝ ਇੱਦਾਂ ਦੇ ਕਾਰਨ ਬਣ ਜਾਂਦੇ ਜਿੱਦਾਂ ਬੱਚੇ ਆ ਜਿਹੜੇ ਜਦੋਂ ਆਪਾਂ ਇੱਥੋਂ ਬੱਚੇ ਆ ਆਪਾਂ ਉਹਨਾਂ ਨੂੰ ਪੜ੍ਹਦੇ ਇੱਥੇ 5-7 ਕਲਾਸ ਤੱਕ ਨਾ ਜਦੋਂ ਆਪਾਂ ਇੰਡੀਆ ਲੈ ਕੇ ਜਾਂਦੇ, ਇੰਡੀਆ ਹੁਣ ਤਕਰੀਬਨ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਇੰਗਲਿਸ਼ ਬੋਲਦੇ ਆ। ਹਾਂਜੀ। ਜਦੋਂ ਆਪਾਂ ਜਾ ਕੇ ਆਪਣੇ ਬੱਚਿਆਂ ਨੂੰ ਕੋਈ ਇੰਗਲਿਸ਼ 'ਚ ਗੱਲ ਕਰਨੀ ਚਾਹੁੰਦਾ ਇੰਡੀਆ, ਆਪਣੇ ਬੱਚੇ ਇਟਾਲੀਅਨ ਇੱਕ ਜਿਹੜੀ ਲੈਂਗੁਏਜ ਆ ਇੱਥੇ ਹੀ ਆ ਜਾਂ ਇੱਕ ਦੋ ਦੇਸ਼ਾਂ 'ਚ ਹੋਰ ਆ ਨਾ, ਤੇ ਉਹ ਤਾਂ ਕਰਕੇ ਵੀ ਜਾਂਦੇ ਆ। ਕੁਝ ਲੋਕ ਜਾਂਦੇ ਆ ਜਿੱਦਾਂ ਕੋਈ ਬਿਜ਼ਨਸ ਆ, ਇੱਥੇ ਬਿਜ਼ਨਸ ਕਰਨਾ ਕਾਫੀ ਮੁਸ਼ਕਿਲ ਹੋ ਜਾਂਦਾ ਹੈਗਾ, ਤੇ ਜਿਹੜਾ ਉੱਥੇ ਤੁਹਾਨੂੰ ਪੈਸੇ ਆ ਤੁਹਾਡੇ ਕੋਲ ਤੇ ਤੁਸੀਂ ਜੋ ਜੇ ਤੁਸੀਂ ਤੁਹਾਡੇ ਕੋਲ ਤੁਸੀਂ ਬੈਨ ਪਾਉਣੀ ਚਾਹੁੰਦੇ ਆਪਣਾ ਛੋਟੇ ਕੰਮ ਤੋਂ ਸਟਾਰਟ ਕਰਦੇ ਆ, ਟਰੱਕ ਪਾਉਣਾ ਚਾਹੁੰਦੇ ਹੋ, ਹੁਣ ਇੱਥੋਂ ਜਾ ਕੇ ਲੋਕਾਂ ਨੇ 5-5, 7-7 ਟਰੱਕ ਪਾਏ ਆ ਉੱਥੇ 2-2, 4-4 ਸਾਲਾਂ ਦੇ ਵਿੱਚ, ਤੇ ਇਹ ਵੀ ਕਾਰਨ ਨੇਗੇ। ਕਿੰਨਾ ਕੁ ਫਰਕ ਜਿਵੇਂ ਤੁਸੀਂ ਇੱਥੇ ਪਹਿਲਾਂ ਵੀ ਤੁਹਾਡਾ ਇੱਥੇ ਆਪਣਾ ਨੌਕਰੀ ਕਰਦੇ ਸੀ, ਹੁਣ ਉੱਥੇ ਜਾ ਕੇ ਤੁਸੀਂ ਟਰਾਲਾ ਚਲਾਉਂਦੇ ਹੋ, ਕਿੰਨੀ ਕੁ ਇਨਕਮ ਦਾ ਫਰਕ ਤੁਹਾਡਾ ਹੈਗਾ? ਅਤੇ ਪਰ ਜੇਕਰ ਇਟਲੀ ਦੀ ਗੱਲ ਕਰੀਏ, ਇਟਲੀ ਸ਼ੁਰੂ ਤੋਂ ਇੱਕ ਗੱਲ ਇਹ ਵੀ ਮਸ਼ਹੂਰ ਰਹੀ ਹੈ ਕਿ ਇਟਲੀ ਦੇ ਵਿੱਚ ਇੱਕ ਜਣਾ ਕਮਾਉਂਦਾ ਤਾਂ ਸਾਰੇ ਜੀ ਖਾ ਲੈਂਦੇ ਨੇ। ਬਿਲਕੁਲ। ਫਿਰ ਇਹ ਚੀਜ਼ਾਂ ਦਾ ਇੰਗਲੈਂਡ ਦੀ ਧਰਤੀ ਦੇ ਉੱਤੇ ਤੁਹਾਡਾ ਕਿਸ ਤਰ੍ਹਾਂ ਲੱਗਦਾ? ਹਾਂ ਇਹ ਗੱਲ ਅਸੀਂ ਉੱਥੇ ਵੀ ਕਰਦੇ ਹੁੰਦੇ। ਹਾਂਜੀ। ਕਿਉਂਕਿ ਇੱਥੇ ਇੱਕ ਬੰਦਾ ਕਮਾਉਂਦਾ ਅਤੇ ਸਾਰਾ ਪਰਿਵਾਰ ਖਾਂਦਾ,
ਕਿਉਂਕਿ ਇੱਥੇ ਜਦੋਂ ਕਾਫੀ ਏਰੀਏ ਇੱਦਾਂ ਦੇ ਜਿੱਥੇ ਬੀਬੀਆਂ ਨੂੰ ਕੰਮ ਨਹੀਂ ਮਿਲਦਾ ਤਾਂ ਕਰਕੇ ਇੱਕ ਬੰਦਾ ਕਰੀ ਜਾਂਦਾ 8 ਘੰਟੇ ਡਿਊਟੀ ਹੁੰਦੀ ਆ ਪਰ ਇੰਗਲੈਂਡ ਦੇ ਵਿੱਚ ਇੱਦਾਂ ਨਹੀਂ ਹੈਗਾ ਤੇ ਇੰਗਲੈਂਡ ਦੇ ਵਿੱਚ ਤਕਰੀਬਨ 10 ਤੋਂ 12 ਘੰਟੇ ਦੀ ਸ਼ਿਫਟ ਹੁੰਦੀ ਆ ਅੱਛਾ ਜੀ ਪਰ ਉੱਥੇ ਦੋਵਾਂ ਜੀਆਂ ਨੂੰ ਕੰਮ ਕਰਨਾ ਪੈਂਦਾ ਤੇ ਉਹਦੇ ਨਾਲ ਫਿਰ ਤੁਹਾਡਾ ਗੁਜ਼ਾਰਾ ਚੱਲਦਾ ਘਰ ਗੁਜ਼ਾਰਾ ਨਹੀਂ ਕਹਿ ਸਕਦਾ ਵੀ ਪੈਸਾ ਇੱਥੇ ਨੂੰ ਜ਼ਿਆਦਾ ਬਚਦਾ ਹਾਂਜੀ ਪਰ ਉੱਥੇ ਖਰਚੇ ਵੀ ਜ਼ਿਆਦਾ ਹੀ ਅੱਛਾ ਜੀ ਤੇ ਜੇ ਇੱਥੇ ਆਪਾਂ ਨੂੰ 300-400 ਤੋਂ ਸਟਾਰਟ ਹੁੰਦਾ ਘਰ ਦਾ ਕਿਰਾਇਆ ਉੱਥੇ 1000-1000 ਪਾਉਂਡ ਜਿਹੜਾ ਘਰ ਦਾ ਮਕਾਨ ਦਾ ਜਿਹੜਾ ਕਿਰਾਇਆ ਗਾ ਅਤੇ ਫਿਰ ਕੌਂਸਲ ਟੈਕਸ ਹੋ ਗਿਆ ਹੋਰ ਜੇ ਵੋ ਨਾ ਪਰ ਉੱਥੇ ਪੈਸੇ ਇੱਥੇ ਨਾਲੋਂ ਬਣਦੇ ਵੀ ਜ਼ਿਆਦਾ ਅਤੇ ਖਰਚਾ ਵੀ ਜ਼ਿਆਦਾ ਫਿਰ ਵੀ ਜ਼ਿਆਦਾ ਬੱਚਤ ਹੋ ਜਾਂਦੀ ਇੱਥੇ ਜ਼ਿਆਦਾ ਬੱਚਤ ਹੋ ਜਾਂਦੀ ਕਿੰਨੀ ਕੁ ਬੱਚਤ ਤੁਸੀਂ ਲੱਗਦੇ ਵੀ ਮਹੀਨੇ ਦੇ ਵਿੱਚ ਫਰਕ ਪੈ ਜਾਂਦਾ ਇਟਲੀ ਦਾ ਅਤੇ ਉੱਥੇ ਦਾ ਉਹ ਨੋਰਮਲ ਜਿਹੜੀ ਆਮ ਆਪਾਂ ਬੱਚਿਆਂ ਨੂੰ ਕੀ ਫੈਸਿਲਿਟੀਜ਼ ਹੈਗੀਆਂ ਨੇ ਜਿਹੜੇ ਇੱਥੋਂ ਜਿਹੜੇ ਬੱਚੇ ਇੱਥੋਂ ਮੂਵ ਹੁੰਦੇ ਨੇ ਕਿਉਂਕਿ ਬੜੀ ਸਮੱਸਿਆ ਉਹਨਾਂ ਨੂੰ ਇਹ ਵੀ ਆਉਂਦੀ ਹੋਊਗੀ ਕਿਉਂਕਿ ਸਾਡੇ ਜਿਹੜੇ ਬੱਚੇ ਨੇ ਹਾਲਾਂਕਿ ਹੁਣ ਤਾਂ ਕਈ ਸਕੂਲਾਂ ਦੇ ਵਿੱਚ ਥੋੜ੍ਹੀ ਬਹੁਤ ਇੰਗਲਿਸ਼ ਸਿਖਾ ਦੇ ਜੇ ਆਪਾਂ ਥੋੜ੍ਹੀ ਪਹਿਲਾਂ ਦੀਆਂ ਗੱਲਾਂ ਕਰੀਏ ਤਾਂ ਬੱਚੇ ਜਿਹੜੇ ਸਾਡੇ ਇੱਥੋਂ ਏਅਰਪੋਰਟ ਤੋਂ ਵੀ ਕਹਿ ਜਾਂਦੇ ਵੀ ਜਦੋਂ ਏਅਰਪੋਰਟ ਤੋਂ ਇਟਲੀ ਵਾਲਾ ਏਅਰਪੋਰਟ ਆਪ ਜਾਣਾ ਦਿੱਲੀ ਉੱਤਰ ਜਾਣਾ ਕਿਤੇ ਵੀ ਹੋਣਾ ਵੀ ਉਹ ਜ਼ੀਰੋ ਹੋ ਜਾਂਦੇ ਕਿਉਂਕਿ ਇਟਲੀ ਲੈਂਗੁਏਜ ਤੋਂ ਇਲਾਵਾ ਇਟਾਲੀਅਨ ਤੋਂ ਇਲਾਵਾ ਉਹਨਾਂ ਨੂੰ ਇੰਗਲਿਸ਼ ਲੈਂਗੁਏਜ ਨਹੀਂ ਸੀ ਆਉਂਦੀ ਜਾਂ ਹੋਰ ਵੀ ਕਈ ਜਿਸ ਤਰ੍ਹਾਂ ਜੇ ਕਿਤੇ ਵੀ ਜਾਂਦੇ ਇੰਗਲਿਸ਼ ਜ਼ਰੂਰੀ ਆ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਜਿੱਦਾਂ ਮੈਂ ਜਿੱਦਾਂ ਬੱਚਿਆਂ ਦਾ ਤੁਸੀਂ ਗੱਲ ਕੀਤੀ ਆ ਮੇਰਾ ਬੇਟਾ ਸੀਗਾ ਇੱਥੇ ਕੇਸ ਰੱਖੇ ਸੀ ਉਹਨੇ ਛੋਟੇ ਹੁੰਦੇ ਦੇ ਜਿੱਦਾਂ ਉਹ ਜਿੱਦਾਂ ਜਿਹੜੇ ਅਸੀਂ ਰਹਿੰਦੇ ਸੀ ਉੱਥੇ ਗੋਰੇ ਸੀ ਜ਼ਿਆਦਾ ਸਕੂਲ ਦੇ ਵਿੱਚ ਸਿਰਫ ਇੱਕੋ ਹੀ ਬੱਚਾ ਸੀਗਾ ਜਿਹਦੇ ਕੇਸ ਰੱਖੇ ਸੀ ਪਹਿਲਾਂ ਪਟਕਾ ਬੰਨਦਾ ਸੀ ਫਿਰ ਪੱਗ ਬੰਨਣ ਲੱਗ ਗਿਆ ਉਹ ਮਤਲਬ ਥੋੜ੍ਹੀ ਜਿਹੀ ਹੀਣ ਭਾਵਨਾ ਜੀ ਭਾਵਨਾ ਜੀ ਮਤਲਬ ਮਹਿਸੂਸ ਕਰਦਾ ਮੈਂ ਇਕੱਲਾ ਹੀ ਹਾਂ ਨਾ ਜਕਦਾ ਸੀ ਜਦੋਂ ਇਹ ਉੱਥੇ ਗਏ ਆ ਉਹ ਬੜਾ ਖੁਸ਼ ਹੋਇਆ ਉਹਨੇ ਕਿਹਾ ਮੇਰੇ ਨਾਲ ਤਕਰੀਬਨ ਕਲਾਸ 'ਚ ਅੱਧਿਓਂ ਵੱਧ ਬੱਚੇ ਜਿਹੜੇ ਆ ਮਜਬੂਰੀ ਮਤਲਬ ਥੋੜਾ ਥੋੜਾ ਬੱਚੇ ਤੇ ਪ੍ਰਭਾਵ ਹੁੰਦਾ ਹੁਣ ਉੱਥੇ ਜਾ ਕੇ ਜਦੋਂ ਦੇਖਦਾ ਉਹ ਬੜਾ ਮਤਲਬ ਖੁਸ਼ ਹੈ ਵੀ ਯਾਰ ਹਾਂ ਆਪਾਂ ਪੰਜਾਬੀਆਂ ਦੀ ਕਿਉਂਕਿ ਉੱਥੇ ਹੁਣ ਜ਼ਿਆਦਾ ਕਾਰੋਬਾਰ ਆ ਬੱਸਾਂ ਦੇ ਵਿੱਚ ਤੁਹਾਨੂੰ ਡਰਾਈਵਰ ਮਿਲਣ ਜ਼ਿਆਦਾ ਆਪਣੇ ਆ ਕਿਤੇ ਵੀ ਚਲੇ ਜਾਓ ਹਰ ਹਰ ਚੀਜ਼ ਦੇ ਵਿੱਚ ਉਹ ਤਾਂ ਕਰਕੇ ਇਹ ਵੀ ਫਰਕ ਹੈਗਾ ਜੀ ਜਿਹੜੇ ਹੁਣ ਨਵੇਂ ਪੰਜਾਬੀ ਜਾਣਾ ਚਾਹੁੰਦੇ ਨੇ ਜਾਂ ਇਟਲੀ ਤੋਂ ਹੀ ਜਾਣਗੇ ਆਪਾਂ ਭਾਰਤੀਆਂ ਦੀ ਗੱਲ ਭਾਰਤ ਰਹਿੰਦਿਆਂ ਦੀ ਗੱਲ ਕਰ ਜਿਹੜੇ ਇਟਲੀ ਵਾਸਤੇ ਆਪਾਂ ਉਹਦੀ ਗੱਲ ਕਰ ਰਹੇ ਹਾਂ ਉਹਨਾਂ ਨੂੰ ਲੈਂਗੁਏਜ ਦੀ ਹੋਰ ਜਿਹੜੇ ਤੁਸੀਂ ਰਹਿੰਦੇ ਹੋ ਕਿਉਂਕਿ ਜਿਵੇਂ ਤੁਸੀਂ ਪੁਰਾਣੇ ਰਹਿੰਦੇ ਹੋ ਮੈਨੂੰ ਵੀ ਹੁਣ ਸਾਨੂੰ ਇੰਗਲਿਸ਼ ਲੈਂਗੁਏਜ ਭੁੱਲਦੀ ਜਾ ਰਹੀ ਆ ਠੀਕ ਹੈ ਜਿਹੜੀ ਬੋਲੀ ਆ ਭੁੱਲਦੀ ਜਾ ਰਹੀ ਆ ਕਿਉਂ ਕਾਰਨ ਕੀ ਆ ਪੰਜਾਬੀ ਮਾਂ ਬੋਲੀ ਤਾਂ ਅਸੀਂ ਅਪਣਾਇਆ ਹੀ ਹੋਇਆ ਵਾ ਠੀਕ ਹੈ ਜੀ ਫਿਰ ਅਸੀਂ ਇਟਾਲੀਅਨ ਸਿੱਖਦੇ ਹਾਂ ਉਹਨਾਂ ਨੂੰ ਕਿੰਨੀਆਂ ਕੁ ਦਿੱਕਤਾਂ ਦੁਬਾਰਾ ਜਾ ਕੇ ਉੱਥੇ ਬੋਲੀ ਸਿੱਖਣ ਦੇ ਵਿੱਚ ਇੰਗਲਿਸ਼ ਬੋਲੀ ਸਿੱਖਣ ਦੇ ਵਿੱਚ ਕਿੰਨੀਆਂ ਕੁ ਦਿੱਕਤਾਂ ਆਉਂਦੀਆਂ ਨੇ ਕੰਮਾਂ 'ਤੇ ਕਿੰਨੀ ਕੁ ਦਿੱਕਤ ਆਉਂਦੀ ਕਿਉਂਕਿ ਵੈਸੇ ਤਾਂ ਤੁਸੀਂ ਮੈਨੂੰ ਪਹਿਲਾਂ ਦੱਸਿਆ ਸੀਗਾ ਵੀ ਪੰਜਾਬੀ ਲੋਕ ਕੰਮ ਆਪਣੇ ਹੈਗੇ ਨੇ ਉਹਨਾਂ ਦੇ ਉਹ ਰੱਖ ਲੈਂਦੇ ਨੇ ਪਰ ਫਿਰ ਵੀ ਕਿੰਨਾ ਕੁ ਫਰਕ ਪੈਂਦਾ ਦਿੱਕਤ ਤਾਂ ਦੇਖੋ ਜੀ ਕਿਤੇ ਵੀ ਆਪਾਂ ਹੁਣ ਜੇ ਦੁਬਾਰਾ ਜਾ ਕੇ ਇੰਡੀਆ ਰਹਿਣਾ ਹੋਵੇ ਦਿੱਕਤ ਤਾਂ ਆਪਾਂ ਨੂੰ ਉੱਥੇ ਵੀ ਬਿਲਕੁਲ ਭਾਵੇਂ ਆਪਣੀ ਪੰਜਾਬੀ ਭਾਸ਼ਾ ਇੱਥੇ ਆ ਇਹਦੇ ਵਿੱਚ ਇੱਦਾਂ ਵੀ ਜੇ ਇੱਥੋਂ ਤੁਸੀਂ ਇੰਗਲਿਸ਼ ਦਾ ਸਿਖਾਲੀ ਸਿੱਖਣੀ ਇੱਦਾਂ ਕਿਉਂਕਿ ਜੇ ਆਪਾਂ ਹਿਸਾਬ ਲਾਈਏ ਘਰ ਦੀਆਂ ਚੀਜ਼ਾਂ ਤੋਂ ਤੁਸੀਂ ਟੇਬਲ ਕੱਪ ਗਲਾਸ ਗੱਡੀ ਦਾ ਸਟੇਅਰਿੰਗ ਸੀਟ ਇਹ ਸਾਰੀਆਂ ਆਪਾਂ ਇੱਦਾਂ ਪੰਜਾਬੀ 'ਚ ਵੀ ਬੋਲਦੇ ਇਹ ਫਿਰ ਬੰਦੇ ਨੂੰ ਜਲਦੀ ਸਮਝ ਲੱਗਦਾ ਇੱਥੇ ਜਦੋਂ ਆਪਾਂ ਆਉਂਦੇ ਆਪਾਂ ਨੂੰ ਥੋੜ੍ਹਾ ਮੁਸ਼ਕਲ ਲੱਗਦਾ ਯਾਰ ਜਦੋਂ ਹੁਣ ਪਾਣੀ ਵੀ ਕਹਿ ਲਓ ਚਲੋ ਜਿਹੜੇ ਬਾਹਰ ਬੈਠੇ ਇੱਥੇ ਉਹਨਾਂ ਤੋਂ ਪਤਾ ਹੀ ਹੈ ਵੀ ਅੱਕ ਵੱਕ ਆਪਾਂ ਨੂੰ ਪਹਿਲਾਂ ਸ਼ੁਰੂ 'ਚ ਆ ਕੇ ਇਹੀ ਨਹੀਂ ਪਤਾ ਲੱਗਦਾ ਯਾਰ ਵੀ ਪਾਣੀ ਹੈ ਨਾ ਕਿਉਂਕਿ ਜਿੱਦਾਂ ਹੁਣ ਕਹਿੰਦੇ ਆ ਸਾਈਕਲ ਨੂੰ ਕਈ ਹਾਸੇ ਵਾਲੀ ਗੱਲ ਸੁਣਾਉਣਾ ਵੀ ਇੱਕ ਬੰਦਾ ਕਹਿੰਦਾ ਵੀ ਮੈਂ ਜੀ ਇਟਲੀ ਆ ਹੀ ਨਵਾਂ ਨਵਾਂ ਸਾਡੇ ਵੇਲੇ ਦੀ ਗੱਲ ਆ ਕਹਿੰਦਾ ਜੀ ਬਾਪੂ ਮੈਂ ਵਿੱਚ ਕਲੇਤਾ ਲੈ ਲਿਆ ਹਨਾ ਤੇ ਬਾਅਦ ਲਾਈਟਾਂ ਦਾ ਕੰਮ ਰਹਿੰਦਾ ਉਹ ਬਾਪੂ ਨੇ ਕਹਿੰਦੇ ਉੱਥੇ ਇੰਡੀਆ ਰੌਲਾ ਪਾਤਾ ਵੀ ਮੇਰੇ ਮੁੰਡੇ ਨੇ ਤਾਂ ਕੋਈ ਵੱਡੀ ਚੀਜ਼ ਲੈ ਲਈ ਆ ਹੁਣ ਤੇ ਵੀ ਹਨਾ ਵੀ ਪਾਰਟੀ ਕਰਨ ਦੀ ਤਿਆਰੀ ਕਰਨ ਲੱਗਿਆ ਫਿਰ ਉਹਨੇ ਦੱਸਿਆ ਵੀ ਜੇ ਵਿੱਚ ਕਲੇਤਾ ਤਾਂ ਅਸੀਂ ਇੱਥੇ ਇਹਨੂੰ ਸਾਈਕਲ ਨੂੰ ਕਹਿੰਦੇ ਹਾਂ ਤੋ ਇੱਦਾਂ ਕਈ ਵਾਰੀ ਇੱਦਾਂ ਦੇ ਜਿਹੜੇ ਲੱਭ ਜਾ ਕੇ ਤੇ ਉਹ ਆਪਾਂ ਨੂੰ ਸਮਝਣੇ ਔਖੇ ਹੋ ਜਾਂਦੇ ਨਵੇਂ ਨਵੇਂ ਸਹੀ ਗੱਲ ਇਹ ਦਿੱਕਤ ਆਉਂਦੀ ਆ ਪਰ ਪੰਜਾਬ ਇੰਗਲਿਸ਼ ਜਿੱਦਾਂ ਹੁਣ ਆਪਾਂ ਜਾ ਕੇ ਜੇ ਤੁਸੀਂ ਵੀ ਚਲੇ ਜਾਓ ਤੁਹਾਨੂੰ ਜਿੱਦਾਂ ਮੈਂ ਦੱਸਿਆ ਤੇ ਅੱਧਿਓਂ ਵੱਧ ਚੀਜ਼ਾਂ ਤਾਂ ਆਪਾਂ ਘਰੇ ਬਹੁਤ ਇੰਗਲਿਸ਼ ਦੇ ਵਿੱਚ ਮਤਲਬ ਘੱਟ ਤੇ ਕੰਮ ਤੇ ਘੱਟ ਸਮੱਸਿਆ ਆਉਂਦੀ ਆ ਇੱਦਾਂ ਦੀ ਕੰਮ ਤੇ ਬਹੁਤ ਘੱਟ ਕਿਉਂਕਿ ਪੰਜਾਬੀ ਲੋਕ ਆਪਣੇ ਹਾਂਜੀ ਸ਼ੁਰੂ 'ਚ ਜਾ ਕੇ ਪੰਜਾਬੀਆਂ ਦੇ ਕੰਮ ਕਰਨਾ ਆਉਂਦਾ ਅੱਛਾ ਜੀ ਜਿੱਦਾਂ ਟ੍ਰੇਨਿੰਗ ਆ ਤੇ ਤੁਸੀਂ ਜ਼ਿਕਰ ਕਰਿਆ ਸੀ 5% ਲੋਕ ਵਾਪਸ ਵੀ ਆ ਜਾਂਦੇ ਨੇ ਉਹਦਾ ਕੀ ਕਾਰਨ ਮੰਨਦੇ ਹੋ ਉਹਦਾ ਕਾਰਨ ਜੀ ਜਿੱਦਾਂ ਮੈਂ 2 ਕਾਰਨ ਮੰਨਦਾ ਇੱਕ ਤਾਂ ਜਿਹੜੇ ਬੰਦੇ ਇੱਥੇ ਮਤਲਬ ਕਹਿ ਲਓ ਇੰਡੀਆ ਤੋਂ ਜਾਂ ਘੱਟ ਪੜ੍ਹਿਆ ਸੀ ਜਾਂ ਕਹਿ ਲਓ ਜਾਂ ਇੱਥੇ ਜ਼ਿਆਦਾ ਟਾਈਮ ਹੋ ਗਿਆ ਹਾਂਜੀ ਹਾਂਜੀ ਉਹਨਾਂ ਜਿਹੜਾ ਨਾ ਜ਼ਿਆਦਾ ਪੜ੍ਹਿਆ ਉਹ ਇੱਥੇ ਜਦੋਂ ਕਿਤੇ ਜਿੱਦਾਂ ਜਰਮਨ ਚਲੇ ਗਿਆ ਇੱਧਰ ਉਹ ਘੱਟ ਭਾਸ਼ਾ ਮਤਲਬ ਹੌਲੀ ਸਿੱਖਦਾ ਗਾ ਜਿਹੜਾ ਘੱਟ ਪੜ੍ਹਿਆ ਉਹਨੂੰ ਜਲਦੀ ਸਿੱਖ ਜਾਂਦਾ ਕਿਉਂਕਿ ਤੁਸੀਂ ਵੀ ਹਿਸਾਬ ਲਾਇਆ ਹੋਣਾ ਜਿਹੜੇ ਬੰਦੇ ਇੱਥੇ ਮਤਲਬ ਇੱਕ ਦੋ ਬੰਦਿਆਂ ਨੂੰ ਮੈਂ ਜਾਣਦਾ ਜਿਹੜੇ ਮੇਰੇ ਖਾਸ ਨੇ ਉਹਨਾਂ ਨੂੰ ਨਾ ਬਹੁਤ ਵਧੀਆ ਇੱਥੇ ਇਟਾਲੀਓ ਬੋਲਦੇ ਬਹੁਤ ਮਤਲਬ ਪਰਫੈਕਟ ਕੋਈ ਬੋਲਦੇ ਆ
ਉਹ ਗਏ ਉੱਥੇ ਉਹਨਾਂ ਨੂੰ ਇੰਗਲਿਸ਼ ਨਹੀਂ ਸੀ ਆਉਂਦੀ ਹਾਂਜੀ ਉਹਨਾਂ ਨੇ ਉੱਥੇ ਜਾ ਕੇ ਕਿਹਾ ਵੀ ਯਾਰ ਹੁਣ ਮੈਂ ਦੁਬਾਰਾ ਫੇਸ ਚੁੱਕੂ ਮੈਂ ਤਾਂ ਇੱਥੇ ਗੋਰਿਆਂ ਨਾਲ ਇੰਨੀ ਮਤਲਬ ਗੱਲਬਾਤ ਕਰ ਹਰ ਚੀਜ਼ ਸਾਂਝੀ ਕਰ ਸਕਦਾ ਹੁਣ ਮੈਨੂੰ ਦੁਬਾਰਾ ਕਰਨਾ ਪੈਣਾ ਅਤੇ ਕੁਝ ਕਾਰਨ ਇਹ ਵੀ ਸੀ ਇੱਕ ਦੇਖਿਆ ਬੰਦਿਆਂ ਦੇ ਜਿਹੜੇ ਇੱਥੇ ਸਤਾਲੇ ਫਾਰਮ ਨੇ ਜਿੱਦਾਂ ਗਾਈਆਂ ਦੇ ਫਾਰਮ ਹੋ ਗਏ ਅਤੇ ਖੁੱਲ੍ਹੀ ਜਗ੍ਹਾ ਰਹਿੰਦੇ ਆ ਨਾਲ ਹੀ ਉਹਨਾਂ ਨੂੰ ਘਰ ਮਿਲੇ ਪਏ ਆ ਵਿੱਚ ਹੀ ਰਿਹਾਇਸ਼ ਆ ਉੱਥੇ ਹੁਣ ਜਾ ਕੇ ਸ਼ੁਰੂ ਜ਼ਿਆਦਾ ਆਪਣੇ ਉੱਥੇ ਬੰਦੇ ਜ਼ਿਆਦਾ ਲੰਡਨ 'ਚ ਨੇ ਜਾਂ ਬਿਰਮਿੰਘਮ ਨੇ ਇਹ ਦੋਵੇਂ ਹੀ ਜਿਹੜੇ ਜਿਹੜੇ ਜਿੱਥੇ ਕੱਲ੍ਹ ਜ਼ਿਆਦਾ ਜਨ ਮਤਲਬ ਇੰਗਲੈਂਡ ਦੀ ਆ ਨਾ ਜ਼ਿਆਦਾ ਪਾਪੂਲੇਸ਼ਨ ਜਾਂ ਤਾਂ ਇੱਕ ਨੰਬਰ 'ਤੇ ਲੰਡਨ ਆ ਅਤੇ ਦੂਜੇ 'ਤੇ ਬਿਰਮਿੰਘਮ ਆ ਉਹ ਸ਼ਹਿਰ 'ਚ ਜਾ ਕੇ ਬੰਦਾ ਕਈ ਸ਼ਹਿਰ 'ਚ ਇੰਡੀਆ ਤੋਂ ਵੀ ਪਿੰਡਾਂ ਤੋਂ ਰਹਿੰਦੇ ਆ ਇਹ ਇਟਲੀ ਆ ਕੇ ਉਹ ਫਾਰਮਾਂ 'ਤੇ ਰਹਿਣ ਲੱਗ ਗਏ ਉਹ ਜਦੋਂ ਸ਼ਹਿਰ 'ਚ ਉਹਨਾਂ ਨੂੰ ਸਮੱਸਿਆ ਆਉਂਦੀ ਉਹਨਾਂ ਦਾ ਮਤਲਬ ਮਨ ਸੋ ਰਹਿਣਾ ਸਹਿਣਾ ਥੋੜ੍ਹਾ ਜਿਹਾ ਸਮਝਦੇ ਵੀ ਹਾਂ ਵੀ ਨਹੀਂ ਯਾਰ ਇੱਥੇ ਵਰਗੀ ਐਸ ਨਹੀਂ ਹੈਗੀ ਜਿੱਦਾਂ ਇਟਲੀ 'ਚ ਨਜ਼ਾਰੇ ਲੈਂਦੇ ਸੀਗੇ ਖੁੱਲ੍ਹੀ ਜਗ੍ਹਾ ਸੀ ਬਾਹਰ ਰਹਿੰਦੇ ਸੀਗੇ ਨਾ ਗੱਡੀ ਰੱਖੀ ਸੀ ਅਤੇ ਇੱਦਾਂ ਉੱਥੇ ਫਿਰ ਜੇ ਤਾਂ ਬੰਦਾ ਸਾਲ ਕਲਾ ਲੈਂਦਾ ਫਿਰ ਤਾਂ ਡਿੱਗ ਜਾਂਦਾ ਜਿਹਨੇ ਭੱਜਣਾ ਹੁੰਦਾ ਸਾਲ ਤੋਂ ਪਹਿਲਾਂ ਉਹ ਫਿਰ ਭੱਜ ਆਉਂਦਾ ਹੈਗਾ ਅੱਛਾ ਕਈ ਬੰਦੇ ਆਏ ਮੈਂ ਜਿਹਨਾਂ ਨੂੰ ਜਿਹਦੇ ਮੇਰੇ ਖਾਸ ਨੇਗੇ ਬੱਚਿਆਂ ਦੀ ਪੜ੍ਹਾਈ 'ਚ ਵੀ ਫਰਕ ਹੈਗਾ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੇ ਬੱਚੇ ਨੂੰ ਇਹ ਕਿਹਾ ਗਿਆ ਵੀ ਹਾਂ ਜੇ ਤੁਸੀਂ ਪੜ੍ਹਾਈ ਕਰਦੇ ਹੋ ਤਾਂ ਤੁਹਾਨੂੰ ਆਉਣ ਵਾਲੇ ਸਮੇਂ 'ਚ ਨੌਕਰੀ ਨਹੀਂ ਮਿਲਣੀ ਉੱਥੇ ਹੀ ਦੇਖੋ ਮੇਰਾ ਇੱਥੇ ਮੇਰੇ ਕੋਲ ਟਰੱਕ ਦਾ ਲਾਇਸੈਂਸ ਸੀਗਾ ਇੱਥੇ ਹਾਂਜੀ ਮੈਂ 2006 'ਚ ਕਰ ਲਿਆ ਹੈਗਾ ਅੱਛਾ ਜੀ ਅਤੇ ਮੈਨੂੰ ਚੰਗੀ ਜੋਬ ਹੀ ਨਹੀਂ ਮਿਲੀ ਟਰੱਕ ਦੀ ਅੱਛਾ ਜੀ ਉੱਥੇ ਮੈਂ ਜਿੱਦਣ ਗਿਆ ਅਤੇ ਮੈਨੂੰ ਉਦੋਂ 10 ਦਿਨ ਕਿਉਂਕਿ 2 ਸਾਲ ਹੋਏ ਨੇ ਕਰੋਨਾ ਕਰਕੇ 10 ਦਿਨ ਘਰੇ ਬਹਿਣਾ ਪੈਂਦਾ ਸੀ ਨਾ ਹਾਂਜੀ ਮੈਨੂੰ ਉੱਥੇ 10 ਦਿਨਾਂ 'ਚ ਫੋਨ ਆਉਣ ਲੱਗ ਗਏ ਸੀ ਆਪਣੇ ਬੰਦਿਆਂ ਦੇ ਹਾਂਜੀ ਜਿਹੜੇ ਇੱਥੋਂ ਇਟਲੀ ਤੋਂ ਗਏ ਉਹਨਾਂ ਨੇ ਟਰੱਕ ਲਾਇਆ ਬਈ ਆ ਜਾ ਉੱਥੇ ਤੁਸੀਂ ਤੁਹਾਡੇ ਕੋਲ ਜਿਹੜਾ ਵੀ ਗਾਉਣਾ ਨਾ ਤੁਹਾਡੇ 'ਚ ਕੋਈ ਗਾਉਣ ਆਉਣਾ ਚਾਹੀਦਾ ਅੱਛਾ ਤੁਹਾਨੂੰ ਬੰਦੇ ਘਰ ਤੱਕ ਲੈਣ ਆਉਂਦੇ ਆ ਅੱਛਾ ਜੇ ਬੱਚੇ ਜਿੱਦਾਂ ਦੀ ਪੜ੍ਹਾਈ ਕਰ ਲੈਣਗੇ ਤੇ ਉਦਾਂ ਦੀ ਉਹਨਾਂ ਨੂੰ ਜੋਬ ਪੱਕੀ ਆ ਗਰੰਟੀ ਅੱਛਾ ਪੱਕੀ ਮਿਲਣੀ ਮਿਲਣੀ ਹਾਂਜੀ ਹਾਂ ਕਿਉਂਕਿ ਜ਼ਿਆਦਾ ਜ਼ਿਆਦਾ ਉੱਥੇ ਤਾਂ ਹੀ ਆਪਣੇ ਬੰਦੇ ਜਿਹੜੇ ਵਿਦੇਸ਼ੀ ਆ ਨਾ ਉਹ ਇੱਕ ਉੱਥੇ ਫਰਕ ਨਹੀਂ ਹੈਗਾ ਜੀ ਇੱਥੇ ਹਜੇ ਕਿਉਂਕਿ ਆਪਾਂ ਆਏ ਥੋੜ੍ਹਾ ਚਿਰ ਦੇ ਹਾਂ ਉੱਥੇ ਹੁਣ ਮਤਲਬ ਕਈ ਕਈ ਕਹਿ ਲਓ ਕਈ ਪੀੜ੍ਹੀਆਂ ਹੋ ਗਈਆਂ ਅਤੇ ਉਹ ਹੁਣ ਆਪਣੇ ਬੰਦੇ ਆ ਜੇ ਕਹਿ ਲਓ ਕੌਂਸਲਰ ਆ ਉਹ ਵੀ ਆਪਣੇ ਬੰਦੇ ਆ ਐਮ ਪੀ ਤੱਕ ਆਪਣੇ ਬੰਦੇ ਆ ਨਾ ਅਤੇ ਜੱਜ ਆਪਣੇ ਬੰਦੇ ਵਕੀਲ ਆਪਣੇ ਬੰਦੇ ਵੱਡੇ ਵੱਡੇ ਆਪਣੇ ਜਿਹੜੇ ਫੈਕਟਰੀਆਂ ਦੇ ਮਾਲਕ ਆ ਉਹ ਆਪਣੇ ਆ ਅਤੇ ਉਹਨਾਂ ਦੇ ਸਮਾਂ 'ਤੇ ਜਿਹੜੇ ਵਰਕਰ ਆ ਉਹ ਗੋਰੇ ਨੇਗੇ ਉਹਨਾਂ 'ਚੋਂ ਫਰਕ ਨਹੀਂ ਰਿਹਾ ਬਾਕੀ ਉਹ ਆ ਬਈ ਉਹਨਾਂ ਨੂੰ ਆਪਣੇ ਧਰਮ ਬਾਰੇ ਸਮਝੋ ਆਪਣੀ ਪੱਗ ਬਾਰੇ ਸਮਝੋ ਆਪਣੇ ਕਿਉਂਕਿ ਉੱਥੇ ਹਰ ਉੱਥੇ ਇਕੱਲੇ ਪੰਜਾਬੀ ਨਹੀਂ ਹੈਗੇ ਪਾਕਿਸਤਾਨੀ ਜਿਹੜੇ ਅਫਰੀਕਾ ਦੇ ਆ ਲੋਕ ਹੈ ਨਾ ਜਾਂ ਅਰਬੀ ਲੋਕ ਨੇ ਸਾਰੇ ਤਰ੍ਹਾਂ ਦੇ ਲੋਕ ਆ ਉੱਥੇ ਪਰ ਇੱਥੇ ਥੋੜ੍ਹਾ ਜਿਹਾ ਇਹ ਹਜੇ ਆਪਾਂ ਪਿੱਛੇ ਵੀ ਆ ਵੀ ਜਦੋਂ ਆਪਣਾ ਧਰਮ ਵੀ ਹਲੇ ਰਜਿਸਟਰਡ ਹੋਇਆ ਹੈ ਬਿਲਕੁਲ ਬਿਲਕੁਲ ਉੱਥੇ ਨਹੀਂ ਹੈਗਾ ਨਾ ਸੋ ਇਹ ਸਨ ਰਣਜੀਤ ਗਰੇਵਾਲ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਇਟਲੀ ਰਹਿੰਦੇ ਜਿਹੜੇ ਪੰਜਾਬੀ ਕਾਫੀ ਜ਼ਿਆਦਾ ਇੰਗਲੈਂਡ ਜਾਂ ਹੋਰਨਾਂ ਦੇਸ਼ਾਂ ਦੇ ਵਿੱਚ ਜਾ ਕੇ ਮੂਵ ਹੋ ਚੁੱਕੇ ਨੇ ਜਾਂ ਜਿਹੜੇ ਇੱਥੋਂ ਜਾਣਾ ਚਾਹੁੰਦੇ ਨੇ ਤਾਂ ਉਹ ਕਿਉਂ ਜਾਣਾ ਚਾਹੁੰਦੇ ਨੇ ਇਹਨਾਂ ਨੇ ਉਹ ਵੀ ਕਾਰਨ ਸੀ ਜਿਹੜੇ ਵਾਪਸ ਆ ਰਹੇ ਨੇ ਉਹ ਕਿਉਂ ਆ ਰਹੇ ਨੇ ਕਿਉਂਕਿ ਇਟਲੀ ਇੱਕ ਇੱਦਾਂ ਦਾ ਵੀ ਮੁਲਕ ਹੈ ਭਾਵੇਂ ਠੀਕ ਆ ਥੋੜ੍ਹੀ ਜਿਹੀ ਬੋਲੀ ਦੀ ਸਮੱਸਿਆ ਅਸੀਂ ਵੀ ਮੰਨਦੇ ਹਾਂ ਜਿਹੜੇ ਲੋਕ ਪੜ੍ਹ ਲਿਖ ਕੇ ਆਉਂਦੇ ਨੇ ਉਹ ਆਉਂਦੇ ਨੂੰ ਇਹਨਾਂ ਇੱਥੋਂ ਜੀਰੇ ਤੋਂ ਸਟਾਰਟ ਕਰਨਾ ਪੈਂਦਾ ਕਿਉਂਕਿ ਦੁਬਾਰਾ ਤੋਂ ਬੋਲੀ ਸਿੱਖਣੀ ਪੈਂਦੀ ਹੈ ਇੱਥੇ ਆ ਕੇ ਤੋ ਇਸ ਕਰਕੇ ਇਹਨਾਂ ਨੇ ਦੱਸਿਆ ਵੀ ਜਿਹੜੇ ਲੋਕ ਕੰਮਾਂ ਕਾਰਾਂ ਦੇ ਵਿੱਚ ਵੀ ਜਾਂਦੇ ਨੇ ਇੱਥੋਂ ਜਿਨ੍ਹਾਂ ਨੂੰ ਹੱਥ 'ਚ ਗੁਆਉਣਾ ਉਹਨਾਂ ਨੂੰ ਕੰਮ ਵੀ ਜਲਦੀ ਮਿਲ ਜਾਂਦਾ ਅਤੇ ਵਧੀਆ ਮਿਲ ਜਾਂਦਾ ਹਾਲਾਂਕਿ ਦੱਸਿਆ ਵੀ ਖਰਚਾ ਜ਼ਿਆਦਾ ਵਾ ਪਰ ਕਈ ਚੀਜ਼ਾਂ ਨਾਲੋਂ ਇਸ ਕਰਕੇ ਇਹਨਾਂ ਸਾਰੀ ਗੱਲਬਾਤ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਲੋਕ ਜਾਂਦੇ ਨੇ ਉਹ ਕਿਉਂ ਜਾਂਦੇ ਨੇ ਜਿਹੜੇ ਪਿੱਛੋਂ ਕੁਛ ਮੋੜੇ ਆਏ ਨੇ ਤਾਂ ਉਹਨਾਂ ਦਾ ਵੀ ਕਾਰਨ ਦੱਸਿਆ ਕਿਉਂਕਿ ਇਟਲੀ ਦੇ ਵਿੱਚ ਇੱਕ ਪੰਜਾਬ ਜਾਂ ਭਾਰਤ ਵਰਗਾ ਮਾਹੌਲ ਵੀ ਮਿਲ ਜਾਂਦਾ ਜਿੱਥੇ ਸਾਡੇ ਜ਼ਿਆਦਾਤਰ ਲੋਕ ਡੈਅਰੀ ਫਾਰਮ ਦੇ ਵਿੱਚ ਕੰਮ ਕਰਦੇ ਨੇ ਖੁੱਲ੍ਹੇ ਘਰ ਨੇ ਅਤੇ ਇੱਕ ਜਣਾ ਕਮਾ ਕੇ ਜਿਵੇਂ ਆਪਾਂ ਭਾਰਤ ਦੇ ਵਿੱਚ ਸਾਡੇ ਪਰਿਵਾਰ ਨੇ ਵੀ ਇੱਕ ਬੰਦਾ ਕਮਾਉਂਦਾ ਅਤੇ ਬਾਕੀ ਸਾਰਾ ਪਰਿਵਾਰ ਖਾ ਲੈਂਦਾ ਵਾ ਇਟਲੀ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਨੇ ਅਤੇ ਜੇ ਦੂਜੇ ਪਾਸੇ ਦੀ ਗੱਲ ਕਰੀਏ ਵੀ ਇੰਗਲੈਂਡ ਜਾਂ ਹੋਰਨਾਂ ਮੁਲਕਾਂ ਦੇ ਵੀ ਉੱਥੇ ਸਾਰੇ ਜਣਿਆਂ ਨੂੰ ਕੰਮ ਕਰਨਾ ਪੈਂਦਾ ਪਰ ਇੱਥੇ ਥੋੜ੍ਹਾ ਜਿਹਾ ਫਰਕ ਹੈਗਾ ਇੱਥੇ ਇੱਕ ਜਣਾ ਕਮਾ ਕੇ ਸਾਰਾ ਪਰਿਵਾਰ ਖਾ ਵੀ ਸਕਦਾ ਸੋ ਦੇਖਦੇ ਰਹੋ ਚੈਨਲ ਸਾਡਾ ਅਤੇ ਗੱਲਬਾਤ ਕਰਾਂਗੇ ਫਿਰ ਮਿਲਦੇ ਹਾਂ ਸਤਿ ਸ਼੍ਰੀ ਅਕਾਲ।